अस्सलाम वालेकुम। वालेकुम अस्सलाम। मेरी जान नहीं है यार, ताड़ियां मारो, इंज ना करो। ਤੈਨੂੰ ਪਤਾ ਨਹੀਂ ਮੈਂ ਤੇਰੇ ਨਾਲ ਕਿੰਨਾ ਪਿਆਰ ਕਰਨਾ। ਚੱਲ ਚੱਲ, ਤੂੰ ਪਹਿਲੇ ਦੱਸ ਘਰ ਦਾ ਕੰਮ ਕੀਤਾ ਹੀ। ਉਹ ਘਰ ਦੇ ਕੰਮਾਂ ਨੂੰ ਲਾਹਨਤ ਬਾਹਰ ਰੋਜ਼ਾਨਾ ਹੀ ਆਉਂਦੇ ਆ, ਅੱਜ ਪਿਆਰ ਮੁਹੱਬਤ ਨਾ ਕਰੀਏ। ਲੈ ਐਡੀ ਵੀ ਲਿਆ ਮੈਂ, ਅੰਦਰ ਦੇਸੀ ਘਿਓ ਪਿਆ ਸੀ, ਮੈਂ ਖਾ ਬੈਠਾ ਤੇ ਗਰਮੀ ਐਡੀ ਅੰਦਰ ਨਹੀਂ ਲੈਣਾ ਚਾਹੀਦਾ। ਫੇਰ ਤੈਨੂੰ ਪੂਰਾ ਪੂਰਾ ਹਾਲ ਦਾ ਪਤਾ, ਠੰਡਾ ਕਰਕੇ ਨਾ ਮੈਂ ਗਰਮ ਪੀਆਂਗਾ। ਰਾਣਾ ਤੈਨੂੰ ਤਾਂ ਪਤਾ ਮੈਂ ਤੇਰੇ ਨਾਲ ਪਿਆਰ ਕਰਨਾ, ਤੇਰੀ ਖਾਤਰ ਇਸ ਘਰ 'ਚ ਨੌਕਰੀ ਕਰ ਰਿਹਾ। ਚੱਲ ਚੱਲ, ਪਿਆਰ ਸ਼ਰ ਕੁਝ ਨਹੀਂ ਹੁੰਦਾ, ਮਰਦ ਹਮੇਸ਼ਾ ਬੇਵਫਾਈ ਕਰਦੇ। ਉੱਚੀ ਬੋਲ, ਮਰਦ ਬੇਵਫਾਈ ਕਰਦੇ? ਹਾਂ, ਮਰਦ ਵਫਾ ਕਰਦੇ। ਤੁਸੀਂ ਝੂਠ ਬੋਲਦੀਆਂ ਮਰਦ ਨਾਲ। ਕੀ ਝੂਠ ਬੋਲਿਆ? ਇੱਕ ਇੱਕ ਗਲਤ ਝੂਠ ਬੋਲਦੀਆਂ ਤੁਹਾਨੂੰ। ਜਿੰਦਾ ਫੋਨ ਆਵੇ ਕੋ ਕਹਿੰਦੀਆਂ ਅਨਟੱਚ ਜ਼ੀਰੋ ਮੀਟਰ ਹੈ ਉਹ, ਤੁਸੀਂ ਇੱਕ ਕੰਮ ਵਾਲੀ ਜਗ੍ਹਾ ਤਾਂ ਖੜੀ ਹੈ ਤੁਹਾਡੇ 'ਚ ਕੋਈ ਵੀ ਅਨਟੱਚ ਜ਼ੀਰੋ ਮੀਟਰ? ਲੈ, ਜਿਹਨੂੰ ਪੁੱਛ ਲਓ ਸ਼ਾਦੀ ਅਭੀ ਤਾਂ ਨਹੀਂ ਹੋਈ, ਯਕੀਨ ਕਰ ਲਓ ਇਹਨੇ ਇਹਨੇ ਜਿਹਨਾਂ ਦੀ ਇਹਨਾਂ ਦੇ ਮੁੰਡੇ ਪਿੱਛੇ ਫਿਰ ਰਹੇ ਨੇ। ਮਰਦ ਵਫਾ ਕਰਦੇ ਆ ਮਰਦ। ਕੀ ਕੀਤਾ ਮਰਦਾਂ ਨੇ? ਇਹ ਦੇਖੋ, ਦੂਰੋਂ ਦੂਰੋਂ ਤੁਹਾਡੇ ਲਈ ਵਫਾ ਕਰਨ ਹੀ ਆਏ ਆ। ਅੱਛਾ, ਇਹ ਤੁਸੀਂ ਫੋਨ ਕੀਤਾ, ਆ ਜਾਏ ਡਰਾਮਾ ਦੇਖੇ, ਮੇਰਾ ਨਾਮ ਜ਼ਰੂਰ ਲੈ। ਇਹ ਜਿਹੜਾ ਪੰਜ ਪੰਜ ਬੰਦਿਆਂ ਦਾ ਗਰੁੱਪ ਨਹੀਂ ਆਉਂਦਾ, ਹਾਂ ਪੰਜ 'ਚੋਂ ਚਾਰ ਖੁਸ਼ ਹੁੰਦੇ ਨੇ, ਇੱਕ ਪਰੇਸ਼ਾਨ ਹੁੰਦਾ। ਉਹ ਕਿਉਂ? ਉਹਨੇ ਤਾਂ ਚਾਰਾਂ ਦੀ ਟਿਕਟ ਲਈ ਹੁੰਦੀ ਹੈ। ਲੇਕਿਨ ਡਰਾਮੇ ਦਾ ਮਜ਼ਾ ਮੁਫ਼ਤ ਲੈਂਦੇ ਨੇ। ਉਹ ਕਿਵੇਂ? ਛੋਟੀ ਛੋਟੀ ਗੱਲ ਤੇ ਤੇ ਜਿੰਨੇ ਟਿਕਲੇ ਹੁੰਦੇ ਕਹਿ ਰਹੇ ਹੁੰਦੇ ਯਾਰ ਕੀ ਠੱਕਿਆ ਫੋਂਗਦਾ ਖੜੇ। ਉਹ ਵਿਚਾਰਾ ਪਰੇਸ਼ਾਨ ਹੁੰਦਾ ਵੀ ਸ਼ੋਦ ਬਾਅਦ ਇਹਨਾਂ ਨੂੰ ਰੋਟੀ ਵੀ ਖਵਾਣੀ ਹੈ। ਹੁੰਦਾ ਹੁੰਦਾ ਦੁਨੀਆਦਾਰੀ ਦਾ ਸਿਸਟਮ ਹੁੰਦਾ। ਕੀ ਬਸ ਕਰਾ, ਵਫਾ ਦੱਸ ਰਹੇ, ਵਫਾ ਦੱਸ ਰਹੇ, ਤਾਲੀ ਵਫਾ ਕਰਦੇ ਨੇ, ਤਾਨਾ ਪਿਆਰ ਕਰਦੇ ਨੇ। ਔਰਤ ਵੀ ਵਫਾ ਕਰਦੀ ਹੈ? ਕਿਹੜੀ ਔਰਤ? ਵਫਾ ਦੀ ਤੁਸੀਂ ਕਰਨਾ ਕੀ ਸੀ? ਹੈ ਔਰਤ ਨਾ ਹੁੰਦੀ ਤੇ ਤੁਸੀਂ ਕਰਨਾ ਕੀ ਸੀ? ਖੁਸਰੇ ਮਰ ਗਏ ਆ। ਵਾਹ ਬਈ ਵਾਹ, ਜੇ ਖੁਸਰੇ ਹੀ ਨਾ ਹੁੰਦੇ ਫੇਰ ਤੇ ਆਪਸ ਵਿੱਚ ਹਾਂ ਦੁਆਸਣਾ ਵੀ ਹੈ ਨਾ ਕਰ ਲੈਂਦੇ। ਬਸ ਬਸ, ਬਦਤਮੀਜ਼ ਬਦਤਮੀਜ਼, ਮੇਰੀ ਗੱਲ ਸੁਣ। ਔਰਤ ਨੇ ਬਹੁਤ ਕੁਝ ਕੀਤਾ ਮਰਦ ਵਾਸਤੇ। ਔਰਤ ਨੇ ਕੁਝ ਵੀ ਨਹੀਂ ਕੀਤਾ, ਜੋ ਕੀਤਾ ਮਰਦ ਨੇ ਕੀਤਾ। ਮਰਦ ਤੁਹਾਡੀ ਖਾਤਰ ਕਾਰੋਬਾਰ ਛੱਡਦਾ, ਘਰ ਬਾਰ ਛੱਡਦਾ, ਭੈਣ ਭਰਾ ਛੱਡਦਾ, ਤੁਸੀਂ 200 ਨਹੀਂ ਛੱਡਦੀ ਆ? ਤੁਸੀਂ ਤਾਂ ਸਪੋਰਟ ਕੇ ਕਹਿ ਰਹੇ ਹੁੰਦੇ ਨਹੀਂ ਨਹੀਂ ਰਿਕਸ਼ੇ ਦਾ ਕਿਰਾਇਆ ਲੈ ਦਊਂਗੀ। ਵੀ ਕੀ ਕੀਤਾ ਔਰਤ ਨੇ? ਉਹ ਤਾਂ ਰਿਕਸ਼ੇ ਦਾ ਕਿਰਾਇਆ ਵੀ ਮੰਗ ਰਹੀ ਆ। ਕੀਤਾ ਤੇ ਮਰਦ ਨੇ ਵੀ, ਸਾਰੀ ਰਾਤ ਮਰਿਆ ਵੀ ਆ ਤੇ ਹੱਥੋਂ ਪੈਸੇ ਵੀ ਦੇ ਰਿਹਾ। ਕੀ ਕੀਤਾ ਔਰਤ ਨੇ ਮੈਨੂੰ ਦੱਸ, ਹਿਸਟਰੀ ਦੱਸ ਰਹੀ ਹੈ ਵੀ ਔਰਤ ਨੇ ਵਫਾ ਕੀਤੀ, ਦੱਸ ਕੀ ਕੀਤਾ? ਦੱਸ ਰਹੀ ਹੈ ਸੱਸੀ ਥੱਲਾਂ ਚ ਰੁਲ ਕੇ ਮਰ ਗਈ, ਕਿਤੇ ਆਸਤੇ? ਓ ਵਫਾ ਲਈ ਨਹੀਂ ਥੱਲਾਂ ਚ ਮਰੀ, ਕਮਰਸ਼ਲ ਦੇਣ ਦੀ ਸੀ, ਪੰਪ ਪਾਣ ਗਈ ਸੀ ਤੇ ਪੈਰ ਛੜੇ ਮਰ ਗਈ। ਵਫਾ ਦੀ ਇਹਦੇ ਚ ਕਿਹੜੀ ਗੱਲ ਆ? ਬਸ ਬਸ, ਸੋਹਣੀ ਡੁੱਬ ਕੇ ਮਰ ਗਈ, ਕਿਤੇ ਆਸਤੇ? ਉਹਨੇ ਵਫਾ ਕੀਤੀ ਹੁੰਦੀ ਤਾਂ ਡੁੱਬ ਕੇ ਮਰਦੀ? ਉਹ ਬੇਵਫਾ ਸੀ ਇਸੇ ਗੱਲੋਂ ਤਾਂ ਡੁੱਬ ਕੇ ਮਰੀ ਆ। ਬਸ ਬਸ, ਹੀਰ ਨੇ ਜ਼ਹਿਰ ਦਾ ਪਿਆਲਾ ਕਿਹਦੇ ਵਾਸਤੇ ਪੀਤਾ ਸੀ? ਵਫਾ ਹਮੇਸ਼ਾ ਮਰਦ ਨੇ ਕੀਤੀ ਹੈ। ਦੱਸ, ਤੈਨੂੰ ਨੀ ਪਤਾ ਕੀ? ਰਾਂਝੇ ਨੇ ਹੀਰ ਦੀ ਖਾਤਰ ਕੰਨ ਪੜਵਾਏ ਸਨ। ਅੱਛਾ, ਤੂੰ ਕੀ ਪੜਵਾਏਗਾ? ਉਹ ਮਰਦਾਂ ਦਾ ਸਾਥ ਦਿਓ ਉਹ ਵੱਖਰੀ ਗੱਲ ਆ, ਤੁਸੀਂ ਕੋਈ ਨਹੀਂ। ਵਿੱਚੋਂ ਇੱਕ ਬੰਦੇ ਨੇ ਕਰਤੀ ਨਾ ਗਲਤ ਗੱਲ, ਕੋਈ ਨਹੀਂ ਉਹ ਵੀ ਭਰਾ ਹੈ, ਉਹ ਵੱਖਰੀ ਗੱਲ ਆ। ਕਿੰਜਾ ਹੈ ਤੇ ਭਰਾ ਹੀ ਆ ਨਾ ਸਾਡਾ, ਸਾਥ ਮਰਦਾਂ ਦਿਓ ਭਾਈ ਜਾਨ, ਜਿਹਨਾਂ ਨੇ ਤੁਹਾਡੇ ਜਨਾਜ਼ੇ ਨੂੰ ਮੋਢੇ ਦੇਣੇ ਆ, ਇਹਨਾਂ ਦਾ ਸਾਥ ਨਾ ਦਿਓ, ਇਹਨਾਂ ਨੇ ਤਾਂ ਤੁਹਾਡੇ ਜਨਾਜ਼ੇ ਕਰਾਉਣੇ ਆ। ਮੁਨਸ਼ੀ ਓਏ ਜੀ ਸਰ, ਅਸਲਾਮ ਵਾਲੇਕੁਮ। ਸਾਡੀ ਭੈਣ ਨਾਲ ਸ਼ਾਦੀ ਕਰਨ ਦੱਸਿਆ, ਮੈਂ ਚੌਧਰੀ ਨੂੰ ਮਲਕ ਨੇ, ਉਹ ਨੀ ਵੀ ਆਉਂਦੇ
ਕੀ ਮਤਲਬ ਕਿਸੇ ਕਮੀ ਨਾਲ ਨਹੀਂ ਵਿਆਂਦੇ ਆ ਹਾ ਇਹਨਾਂ ਦਾ ਕੈਲੀਪਰ ਹੈ ਸਾਡਾ ਮੈਂ ਉਹਨਾਂ ਦੱਸਿਆ ਮੈਂ ਕਿ ਕਿਸੇ ਕਮੀ ਨਾਲ ਨਹੀਂ ਅਮੀਰ ਬੰਦੇ ਨਾਲ ਆ ਨਾਲੇ ਸੇਠ ਸਾਹਿਬ ਤੁਸੀਂ ਭੈਣ ਵੀ ਆਤੀ ਹਾਂ ਤੇ ਖਾਓਗੇ ਕਿਥੋਂ ਇਹ ਗੱਲ ਰੋਟੀ ਤੇ ਉਹੀ ਬਣਾਉਂਦੀ ਆ ਨਾ ਮੇਰਾ ਮਤਲਬ ਓਏ ਯਾਰ ਤੂੰ ਸਾਡੇ ਨਾਲ ਮਜ਼ਾਕ ਕਰਨਾ ਅਸੀਂ ਮਹਿਸੂਸ ਨਹੀਂ ਕਰਦੇ ਲੇਕਿਨ ਚੋਈ ਸਾਹਿਬ ਤੁਸੀਂ ਇਸ ਘਰ ਦੇ ਮਤਲਬ ਵੱਡੇ ਬੇਟੇ ਹੋ ਹਾਂ ਤੇ ਤੁਸੀਂ ਆਪ ਕਿਉਂ ਨਹੀਂ ਸ਼ਾਦੀ ਕਰਾ ਰਹੇ ਓਏ ਯਾਰ ਮੁਨਸ਼ੀ ਮੈਂ ਔਰਤ ਜ਼ਾਤ ਤੇ ਇਤਵਾਰ ਨਹੀਂ ਕਰਦਾ ਆਏ ਇਹ ਬੇਵਫਾ ਹੁੰਦੀਆਂ ਨੇ ਯਾਰ ਸਹੀ ਹੈ ਨਾਲ ਤੇਰੇ ਹੁੰਦੇ ਮੈਂ ਸ਼ਾਦੀ ਕਰਾ ਸਕਦਾ ਉਹ ਕੁਝ ਨਹੀਂ ਕੁਝ ਨਹੀਂ ਮੇਰੇ ਹੁੰਦੇ ਆ ਮੈਂ ਯਕੀਨ ਕਰ ਤੂੰ ਮੈਨੂੰ ਬਹੁਤ ਅੱਛਾ ਲੱਗਣਾ ਹੈ ਯਕੀਨ ਕਰ ਮੁਨਸ਼ੀ ਓਏ ਨਾ ਕਰ ਮੁਨਸ਼ੀ ਦੇਖ ਦੇਖ ਮੁਨਸ਼ੀ ਮੁਨਸ਼ੀ ਨਾ ਕਰ ਬੁੱਢੋ ਤੈਨੂੰ ਕਿੰਨੀ ਦਫਾ ਕਿਹਾ ਕਿ ਤੂੰ ਚੌਧਰੀਆਂ ਦੀ ਭੈਣ ਹੈ ਹਾਂਜੀ ਤੇ ਜਿਹੜੇ ਵੇਲੇ ਬਾਹਰ ਆਈ ਕਰ ਟੋਪੀ ਵਾਲਾ ਬੁਰਕਾ ਪਾ ਕੇ ਆਈ ਕਰ ਸਾਡੀਆਂ ਔਰਤਾਂ ਬੇਟੇ ਸਾਡੀਆਂ ਔਰਤਾਂ ਹਾਂ ਇਹ ਬਾਜ਼ਾਰ ਸੌਦਾ ਲਵਣ ਹੀ ਵੰਡਣ ਨਾ ਹਾਂ ਤੇ ਟੋਪੀ ਵਾਲਾ ਬੁਰਕਾ ਇਸਤੇਮਾਲ ਕਰਦੀਆਂ ਨੇ ਹਾਂ ਤੁਹਾਡੀਆਂ ਨੂੰ ਪਤਾ ਨਹੀਂ ਟੋਪੀ ਨਸੀਬ ਹੋਈ ਹੈ ਕਿ ਨਹੀਂ ਇਹ ਸੌਦਾ ਲੈਣ ਜਾਣ ਤੇ ਆਪਣਾ ਸੌਦਾ ਲੈ ਕੇ ਸਿੱਧੀਆਂ ਘਰ ਸਰ ਛੋਟਾ ਮੂੰਹ ਤਾਂ ਵੱਡੀ ਗੱਲ ਕੀ ਬਾਤ ਹੈ ਤੁਹਾਡੀ ਔਰਤਾਂ ਦੀ ਹਾਂਜੀ ਸੌਦਾ ਲੈਣ ਜਾਂਦੀ ਆ ਹਾਂ ਦੇ ਕੇ ਆ ਜਾਂਦੀ ਆ ਤੇ ਉਧਾਰ ਨਹੀਂ ਕਰਦੀ ਨਾ ਪੈਸੇ ਨਾਲ ਲੈ ਕੇ ਤੇ ਘਰ ਆਉਂਦੀਆਂ ਨੇ ਹਾਂ ਹਾਂ ਬੋਲਾ ਹੀ ਇੱਕ ਵਾਰੀ ਅੱਲਾ ਸਾਡੀ ਜ਼ਿੰਦਗੀ ਕਰੇ ਮੇਰੀ ਭੈਣ ਦੀ ਇਹਨੂੰ ਮੈਂ ਬਿਰਾ ਬਣ ਕੇ ਵੀ ਪਾਲਾ ਪਿਓ ਬਣ ਕੇ ਵੀ ਪਾਲਾ ਤੇ ਮਾਂ ਬਣ ਕੇ ਵੀ ਪਾਲਾ ਇਹ ਸਾਰਾ ਪਿਆਰ ਤੁਸੀਂ ਕਿੱਦਾਂ ਖਾਣ ਦਾ ਲਾ ਮੈਂ ਦੇ ਰਿਹਾ ਪੁੱਛ ਲਓ ਓਏ ਓਏ ਉਹਨੂੰ ਮੈਂ ਸਿਰਫ ਨਸੀਹਤ ਕੀਤੀ ਏ ਕੀ ਸ਼ੇਰ ਸਾਹਿਬ ਮੈਂ ਕਿ ਸਾਡੀ ਮਾਂ ਤਾਂ ਮਰ ਗਈ ਲੇਕਿਨ ਬਿਰਾ ਦੀ ਕਦਾ ਜ਼ਿੰਦਗੀ ਚ ਕੰਡ ਨਾ ਲੱਗਣ ਦੇਵੇ ਭਾਵੇਂ ਆਪਣੀ ਚਿਲਵਾ ਲਵੇ ਐਡੀ ਅੱਛੀ ਗੱਲ ਕਰਕੇ ਤੇ ਆਖਰ ਤੇ ਕੀ ਕਹਤਾ ਇਹ ਮੇਰਾ ਮਤਲਬ ਇਹ ਕਿ ਇਹ ਮੇਰੀ ਭੈਣ ਹੈ ਨਾ ਮੇਰੀ ਹਾਂ ਇਹ ਸਾਡੀ ਇੱਜ਼ਤ ਹੈ ਨਾ ਹਾਂ ਇਹ ਕਾਲਜ ਵੈਂਦੀ ਹੈ ਮੈਂ ਹਟਾ ਦਿੱਤਾ ਹੈ ਉਹ ਕਿਉਂ ਸੇਠ ਸਾਹਿਬ ਉਹ ਸਰ ਹਾਲਾਤ ਕੋਈ ਨਹੀਂ ਮੋਟਰਸਾਈਕਲ ਦਾ ਅਗਲਾ ਫੀਤਾ ਚਾ ਕੇ ਸ਼ੂਰ ਮਗਰ ਲੱਗ ਜਾਂਦੇ ਨੇ ਮੈਂ ਕਿਹਾ ਫੀਤੇ ਦੇ ਨੁਕਸਾਨ ਕਰੇ ਸਨ ਮੇਰੀ ਭੈਣ ਦੇ ਨੁਕਸਾਨ ਕਰੇ ਸਨ ਮੈਂ ਕਿਹਾ ਬੇਟਾ ਘਰ ਬਹਿ ਕੇ ਬਣ ਤਿਲ ਲਾ ਕੇ ਇੱਥੋਂ ਕੁਝ ਬਣ ਕੇ ਬਾਹਰ ਨਿਕਲੇ ਵੱਲ ਵੱਲ ਮਾਸ਼ਾਅੱਲਾ ਇਕਬਾਲ ਦੀ ਮਾਂ ਬਣ ਕੇ ਨਿਕਲੀ ਹੈ ਉਹ ਬਾਲ ਕਿੱਥੇ ਮਾਸ਼ਾਅੱਲਾ ਸਾਡੇ ਮੁਨਸ਼ੀ ਲਗਾ ਵਦਾ ਹੈ ਮੈਂ ਤਾਂ ਨੌਕਰ ਆ ਤੂੰ ਤਾਂ ਨੌਕਰ ਹੈ ਹਾਂ ਹਾਂ ਤੇ ਇਹ ਮਾਸ਼ਾਅੱਲਾ ਇਸ ਵਕਤ ਵੀ 1122 ਕਰੇਂਦੀ ਪਈ ਹੈ ਇਹ ਕਿਹੜੀ ਤਲੀਮ ਹੈ 1122 ਸਰ 11ਵੀਂ 12ਵੀਂ ਇਕੱਠੀ ਵੀ ਕਰੇਂਦੀ ਹੈ ਅੱਛਾ ਹਾਂ ਵਲੇ ਬੁਗਾਰੀ ਕੁਝ ਨਹੀਂ ਬਣੀ ਹਾਂ ਵਲ ਮੈਂ ਇੱਕ ਉਸਤਾਦ ਦੇ ਸਿਆਣਾ ਅੱਛਾ ਉਹਨੂੰ ਮੈਂ ਆਖਿਆ ਭਈ ਤੂੰ ਉਹਦੇ ਨਾਲ ਜਿਹੜਾ ਨਾ ਇਦਾਂ ਹੀ ਘਰ ਟਿਊਸ਼ਨ ਪੜ੍ਹ ਘਰ ਪੜਾਣ ਆਉਂਦਾ ਹੈ ਸਰ ਇਹਦਾ ਅੱਛਾ ਉਸਤਾਦ ਹੈ ਹਾਏ ਮਾਸ਼ਾਅੱਲਾ ਉਹ ਦੀ ਰਾਤ ਸ਼ੋਦਾ ਲੱਗਾ ਖੜਾ ਸਹੀ ਆ ਤਾਂ ਛੂਰ ਸਿਆਣੀ ਹੈ ਇਹ ਕੁਝ ਬਣ ਸੀ ਦਿਖਾਏ ਸਹੀ ਗੱਲ ਹੈ ਬੀਆ ਬਾਜੀ ਠੀਕ ਭਾਈ ਦੱਸ ਕਿੱਥੇ ਪਰਨਾਵਾ ਤੈਨੂੰ ਜਿੱਥੇ ਤੇਰੇ ਦਿਲ ਕਰੇ ਤੂੰ ਚੌਧਰੀਆਂ ਦੀ ਧੀ ਹੈ ਤੂੰ ਚੌਧਰੀਆਂ ਦੀ ਭੈਣ ਹੈ ਅਸਾ ਪਸੰਦ ਨਾ ਪਸੰਦ ਤੇਰੀ ਪੁੱਛਣੀ ਹੈ ਤੈ ਆਪਣਾ ਪਸੰਦ ਕਰਨਾ ਮੇਰਾ ਬੱਚਾ ਇਡੂਆ ਤਲੇ ਲਾ ਵੰਦਾ ਆਪਣੀ ਪਸੰਦ ਦਾ ਬੰਦਾ ਲੱਭ ਕੇ ਲਾ ਉਹ ਚੋਈ ਸਾਹਿਬ ਤੁਹਾਡੀ ਭੈਣ ਤੇ ਲੈ ਜੇ ਗਈ ਇਹਨਾਂ ਨੂੰ ਕੌਣ ਲਾਏਗਾ ਇਹਦੀ ਵਾਰੀ ਹੋਸੀ ਡਾਕੇ ਨਾਲ ਬੈਠੇ ਲਾਇਦਾ ਵੇ ਸੀ ਇਸ ਇੱਕ ਜਵਾਨ ਜਿਹੜੇ ਮੇਰੀ ਭੈਣ ਨਾਲ ਪਰਨੀਂਦ ਹੋਵੇ ਹੱਥ ਕਹਿੰਦਾ ਜਿਹਦੀ ਵਾਰੀ ਹੋਸੀ ਉਹ ਲੈ ਸੀ ਇਸ ਰੱਕੀ ਇਹਨ ਅੱਛਾ ਇਹ ਪੰਜ ਪੰਜ ਵਾਰੀ ਖਿੰਨ ਕੇ ਵੀ ਆ ਦੇ ਲਾ ਮੈਂ ਤੇ ਆਇਆ ਹੀ ਹੋਣਾ ਅਸਾ ਮੁਲਤਾਨ ਇਸ ਬਹਿਣ ਨੂੰ ਪਰਨਾਵਣਾ ਹੀ ਨਹੀਂ ਕਿਉਂਕਿ ਸਰੈਕੀ ਚ ਇਤਫਾਕ ਬਹੁਤ ਹੈ ਮੇਰੀ ਭੈਣ ਇੱਥੇ ਤਾਂ ਇੱਕ ਬੰਦਾ ਪਰਨੀਂਦਾ ਪਿਓ ਤਾਂ ਡਾਹ ਨਾਲੀ ਮੈਂ ਰਲ ਵੈਂਦੇ ਨੇ ਸੁਲਾ ਭਟਿਆ ਪਰਨੀਂਦਾ ਪੈ ਵੱਲ ਚਖੇ ਸੇ ਅੱਲਾ ਮਾਫ ਕਰੇ ਯਾਦ ਹੈ ਜਦੋਂ ਤੁਸੀਂ ਫੁੱਫੀ ਦੀ ਸ਼ਾਦੀ ਕੀਤੀ ਸੀ 8 ਦਿਨ ਤੇ ਤੁਹਾਡੇ ਫੁੱਫੜ ਦੀ ਵਾਰੀ ਨਹੀਂ ਸੀ ਆਈ ਨਹੀਂ ਸੀ ਮੁਨਸ਼ੀ ਮੁਨਸ਼ੀ ਵਾਦ ਕੇ ਗੱਲ ਕਰੀ ਅੱਛਾ ਇਹ ਦੱਸ ਬਈ ਮੇਰਾ ਪਿਓ ਕਿੱਥੇ ਕਿਹੜਾ ਮੁਲਤਾਨ ਵਾਲਾ ਉਹ ਤੇ ਅੱਪਾ ਗਿਆ ਓਏ ਇਹ ਦੱਸੋ ਇਹ ਕੀ ਠਹਿਰ ਜਾ ਕਾਲਿਆ ਕੰਨਾ ਵਾਲਿਆ ਠਹਿਰ ਜਾ ਆਨੇ ਨਾਲ ਹੀ ਹੋ ਗੱਲ ਇਹ ਹੈ ਤੈਨੂੰ ਮੇਰੀ ਜਾਨ ਕੀ ਹੋ ਗਿਆ ਕੁਛ ਨਹੀਂ ਉਹ ਤੁਸੀਂ ਪੂਰੀ ਫੈਮਿਲੀ ਸ਼ੁਕੀਨ ਹੋ ਤੂੰ ਪਹਿਲੇ ਭੈਣ ਪਰਨਾਵੇ ਠਹਿ
ਅੱਬਾ ਮੁਨਸ਼ੀਏ ਮੈਂ ਇਹਦੇ ਨਾਲ ਬੜਾ ਪਿਆਰ ਕਰਨਾ, ਬੜਾ ਅੱਛਾ ਕੰਮ ਕਰਦਾ ਸਾਡਾ। ਇਹਨੂੰ ਮੈਂ ਵੀ ਬੜਾ ਪਿਆਰ ਕਰਨਾ ਬੇਵਕੂਫਾ। ਉਹ ਵੈਸੇ ਵੀ ਸਾਡੀ ਇੱਜ਼ਤ ਕਰਿਆ ਕਰੋ ਨੌਕਰਾਂ ਦੀ। ਹਾਂ ਕਿਉਂ ਭਾਈ, ਅਸੀਂ ਨੌਕਰ ਹੋਈਏ ਤਾਂ ਤੁਸੀਂ ਔਲਾਦ ਨੂੰ ਤਰਸੋ। ਹਾਂ ਅਸੀਂ ਅਸੀਂ ਦੁਆਵਾਂ ਕਰੀ ਦੀਆਂ ਵੀ ਅੱਲਾ ਪਾਕ ਔਲਾਦ ਦੇਵੇ। ਹਾਂ ਜ਼ਰੂਰ, ਅਸੀਂ ਐਡੀ ਕੀਣੀ ਜੀ ਔਲਾਦ ਲੈਣੀ। ਅੱਬਾ ਜੀ ਜੀ, ਭੈਣ ਸਾਰੀ ਅੱਜ ਖੜੀ ਏ ਵੀ ਮੈਨੂੰ ਪਰਨਾਓ, ਇਹਦੇ ਜੁਆਰ ਨੂੰ ਬਾਹਰ ਲੱਗੀ ਖੜੀ ਵੇ। ਬੇਟਾ ਮੇਰੇ ਪਿਓ ਨਾਲ ਮਜ਼ਾਕ ਨਾ ਕੀਤਾ ਕਰ, ਅੱਲਾ ਨੇ ਮੈਨੂੰ ਪਿਓ ਦੇਖੋ ਕੈਸੇ ਸਾਨੂੰ ਪਿਓ ਦਿੱਤਾ। ਕਹਿਣ ਲਈ ਪਿਓ ਕਹਿਣ ਦਾ ਪਿਓ ਵੱਤ, ਇਹ ਤਾਂ ਮਾਂ ਨੂੰ ਦੁਆ ਨਾ ਕਰ। ਮੇਰਾ ਆਪਾ ਨਾ ਹੋਵਿਆ ਤਾਂ ਤੂੰ ਦੁਨੀਆ ਤੇ ਨਾ ਵੀ ਆਉਂਦਾ। ਅੱਲਾ ਮਾਫ ਕਰੇ ਪਿਓ ਤੇਰਾ ਗੰਦਾ ਪਾਣੀ ਛਿੱਕਣ ਵਾਲਾ ਪੀਟਰ। ਇਹ ਪੀਟਰ ਲੈ ਜਾ ਮਾਂ ਦੀ ਹੌਦੀ ਤੇ ਫਿੱਟ ਕਰ ਜਾ। ਦੇਖ ਫਿਰ, ਇਹਦਾ ਮਤਲਬ ਤੁਸੀਂ ਗੰਦਾ ਛਿੱਕ ਲੈਂਦੇ ਹੋ ਪਾਣੀ। ਮੈਂ ਚੰਗਾ ਵੀ ਛਿੱਕ ਲੈਂਦਾ। ਅੱਬਾ ਜੀ ਐਵੇਂ ਤਾਂ ਤੇਰੀ ਮਾਂ ਦੀ ਬੋਕੀ ਪਾਟੀ। ਇਹ ਵੱਡਾ ਚੌਧਰੀ ਬਣਿਆ, ਇਹ ਪਹਿਲੇ ਮੰਗਦਾ ਸੀ, ਇਹ ਦਿੰਦਾ ਨਹੀਂ ਸੀ। ਇਹ ਪਿੰਡ ਚ ਮੰਗਦਾ ਸੀ, ਉੱਥੇ ਵੀ ਨਹੀਂ ਦਿੰਦਾ ਸੀ। ਅੱਛਾ ਯਾਰ, ਤੂੰ ਨਹੀਂ ਸੀ ਮੰਗਦਾ, ਚੁੱਪ ਕਰਕੇ ਦੇ ਦਿੰਦਾ ਸੀ। ਮੁੰਡਾ ਛੋਟਾ, ਮੋਟਰ ਵੱਡੀ ਲੱਗੀ। ਪਿਛਲੇ ਪੈਸੇ ਵੀ ਨੀ ਦਿੱਤੇ। ਤੂੰ ਚਾਹਨਾ ਤੂੰ ਆਗਾ ਮਾਜਿਦ ਬਣੇ, ਤੂੰ ਕੌਸਰ ਭੱਟੀ ਬਣੇ। ਇਹ ਕੁਰਬਾਨੀ ਦੇਵਣੀ ਪਾਉਂਦੀ ਹੈ। ਗੱਲ ਸੁਣੋ, ਮੈਂ ਇਸ ਵਾਰੀ ਪੈਸੇ ਨਹੀਂ ਲੈਣੇ। ਕਿਉਂ? ਵਾਰੀ ਦੇ ਬਦਲੇ ਵਾਰੀ ਲਵਾਂਗਾ। ਦਫ਼ਾ ਹੋ ਨੀ ਦੇ, ਐਡਾ ਤੂੰ ਮਾਲਕ ਪੈਂਦਾ ਨਹੀਂ।